ਜੇ ਐ ਨੀ ਆਪਣੇ ਚ ਕੋਈ ਕੰਮ ਨੀ ਬਣਿਆ ਮੈਂ ਤਾਂ ਹਟ ਗਿਆ, ਸਾਨੂੰ ਪਾਸਟਰ ਜੀ ਚਰਚ ਨੀ ਲੈ ਕੇ ਗਏ ਤਾਂ ਹਟ ਗਏ, ਨਹੀਂ ਉੱਥੇ ਤਾਂ ਜਾਂਦੇ ਰਹਿਣਾ ਤੁਸੀਂ ਇਕੱਲੇ ਵੀ ਜਾ ਵੜੋਗੇ। ਪਰ ਇੱਥੋਂ ਹੀ ਪਤਾ ਲੱਗਦਾ ਵੈ ਪਰਮੇਸ਼ਰ ਵੀ ਤੁਹਾਨੂੰ, ਉਹ ਸਾਨੂੰ ਵੀ ਪਰਖਦਾ, ਤੁਹਾਨੂੰ ਵੀ ਪਰਖਦਾ ਵੀ ਤੁਸੀਂ ਕੀ ਕਰਦੇ। ਹਾਲੇ ਲੋਈਆ, ਪਾਸਟਰ ਨੀ ਮਾੜੇ ਮਾੜੇ ਆਪਾਂ ਵੈ, ਹਾਲੇ ਲੋਈਆ। ਜਦੋਂ ਆਪਾਂ ਥਾਂ 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 ਬਦਲਦੇ ਫਿਰਦੇ ਹਾਂ, ਉੱਥੋਂ ਫਿਰ ਆਪਾਂ ਖਾਲੀ ਦੇ ਖਾਲੀ ਰਹਿ ਜਾਂਦੇ ਹਾਂ। ਕੰਮ ਤਾਂ ਆਪਣੇ ਹੋਣੇ ਹੀ ਹੋਣੇ, ਜਦੋਂ ਆਪਾਂ ਡੋਲਦੇ ਫਿਰਦੇ ਉੱਥੋਂ ਛੱਡ ਕੇ ਉੱਥੇ ਤੁਰ ਗਏ, ਉੱਥੋਂ ਛੱਡ ਕੇ ਉੱਥੇ ਤੁਰ ਗਏ, ਫਿਰ ਉੱਥੇ ਪਰਮੇਸ਼ਰ ਨੇ ਕੁਛ ਨੀ ਕਰਨਾ। ਹਾਲੇ ਲੋਈਆ, ਹਾਲਾਤ ਵਿਗੜ ਜਾਂਦੇ, ਹਾਲਾਤ ਆਉਂਦੇ ਆ ਜਾਂਦੇ ਆ, ਜਿਵੇਂ ਰੁੱਤਾਂ ਬਦਲਦੀ ਉਵੇਂ ਆਪਣੇ ਤੇ ਵੀ ਬਿਪਤਾ ਤਾਂ ਆਉਣੀਆਂ ਹੀ ਆਉਣੀਆਂ। ਹਾਲੇ ਲੋਈਆ, ਇਹ ਪਤਾ ਨੀ ਇਹ ਪਰਮੇਸ਼ਰ ਵਾਲੀ ਹੁੰਦੀ ਆ ਕਿ ਸ਼ੈਤਾਨ ਵਾਲੀ। ਆਪਾਂ ਸ਼ੈਤਾਨ ਵਾਲੀ, ਪਰਮੇਸ਼ਰ ਵੀ ਕਈ ਵਾਰੀ ਕਰਦਾ। ਹਾਲੇ ਲੋਈਆ, ਸਾਰੇ ਕੰਮ ਸ਼ੈਤਾਨ ਵੀ ਨੀ ਕਰਦਾ। ਹਾਲੇ ਲੋਈਆ, ਜੇ ਆਪਣੇ ਤੇ ਬਿਪਤਾ ਪੈ ਗਈ, ਆਪਾਂ ਹੋ ਗਏ ਤੇ ਪਿੰਡ ਵਾਲੇ ਸਾਥ ਛੱਡ ਗਏ, ਪਿੰਡ ਵਾਲੇ ਛੱਡ ਗਏ ਤਾਂ ਹੋਰ ਵੀ ਛੱਡ ਗਏ। ਹਾਲੇ ਲੋਈਆ, ਆਪਾਂ ਨੂੰ ਹੁਣ ਸਾਨੂੰ ਤੁਹਾਡੀ ਲੋੜ ਸੀ, ਹੁਣ ਆਪਾਂ ਇਕਜੁੱਟ ਹੋ ਕੇ ਵਧਾਉਂਦੇ ਚਰਚ ਨੂੰ, ਹੋਰ ਕਰਦੇ, ਪਤਾ ਲੱਗਦਾ ਵੀ ਇਹ ਨਹੀਂ ਡਰਨ ਵਾਲੇ। ਹਾਲੇ ਲੋਈਆ, ਹਾਲੇ ਲੋਈਆ, ਕੰਮ ਤਾਂ ਆਪਣੇ ਹੋਣੇ ਹੀ ਹੋਣੇ। ਜਦੋਂ ਆਪਾਂ ਡੋਲਦੇ ਫਿਰਦੇ ਉੱਥੋਂ ਛੱਡ ਕੇ ਉੱਥੇ ਤੁਰ ਗਏ, ਉੱਥੋਂ ਛੱਡ ਕੇ ਉੱਥੇ ਤੁਰ ਗਏ, ਫਿਰ ਉੱਥੇ ਪਰਮੇਸ਼ਵਰ ਨੇ ਕੁਛ ਨੀ ਕਰਨਾ। ਇੱਥੇ ਵੀ ਪਰਮੇਸ਼ਵਰ ਹੀ ਕਰਦਾ ਤੇ ਮੈਂ ਨੀ ਕੁਛ ਕਰਦੀ, ਮੈਂ ਤਾਂ ਆਪ ਬਿਮਾਰ ਰਹਿੰਦੀ ਹਾਂ। ਹਾਲੇ ਲੋਈਆ, ਪਰਮੇਸ਼ਵਰ ਨੇ ਸਭ ਕੁਛ ਕਰਨਾ, ਆਪਾਂ ਕੁਛ ਨੀ ਇੱਥੇ ਕਰਨਾ। ਪਾਸਟਰ ਨੀ ਮਾੜੇ ਮਾੜੇ ਆਪਾਂ ਵੈ, ਹਾਲੇ ਲੋਈਆ। ਜਦੋਂ ਆਪਾਂ ਥਾਂ 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 ਬਦਲਦੇ ਫਿਰਦੇ ਹਾਂ, ਉੱਥੋਂ ਫਿਰ ਆਪਾਂ ਖਾਲੀ ਦੇ ਖਾਲੀ ਰਹਿ ਜਾਂਦੇ। ਆਪਾਂ ਨੂੰ ਵਿਸ਼ਵਾਸ ਰੱਖਣ ਚਾਹੀਦਾ ਆਪਣੇ ਕੰਮ ਹੁੰਦੇ ਆ, ਤੁਸੀਂ ਸਾਡੇ ਲਈ ਨੀ ਆਉਂਦੇ, ਤੁਸੀਂ ਕਿਹਦੇ ਲਈ? ਪਰਮੇਸ਼ਵਰ ਦੇ ਲਈ ਆਉਣੇ। ਹਾਲੇ ਲੋਈਆ, ਪਰਮੇਸ਼ਵਰ ਮੌਜੂਦ ਆ, ਪਰਮੇਸ਼ਵਰ ਕੰਮ ਕਰਦਾ, ਚੰਗਿਆਂ ਵੀ ਉਹੀ ਕਰਦਾ, ਚੰਗੇ ਅਸੀਂ ਨਹੀਂ ਕਰਦੇ। ਹਾਲੇ ਲੋਈਆ, ਪਰਮੇਸ਼ਵਰ ਚੰਗਿਆਂ ਕਰਦਾ, ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ। ਵਾਕਈ ਉੱਥੇ ਚਰਚਾਂ ਚ ਵੱਡੇ ਵੱਡੇ ਕੰਮ ਹੁੰਦੇ, ਜੋ ਮੈਂ ਵੀ ਚੰਗਾ ਹੋ ਕੇ ਜਾਊਂਗਾ। ਹਾਲੇ ਲੋਈਆ, ਆਪਾਂ ਇਹ ਨਹੀਂ ਵੀ ਆਪਾਂ ਆਪਦੇ ਦੁੱਖ ਲੈ ਕੇ ਆਏ, ਦੁੱਖ ਤਾਂ ਹਰੇਕ ਨੂੰ ਲੱਗੇ ਹੁੰਦੇ, ਆਪਾਂ ਪਰਮੇਸ਼ਵਰ ਲਈ ਕਰਨਾ ਵੈ। ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਵੇਖਦਾ, ਤੂੰ ਮੇਰੇ ਲਈ ਕਰਦਾ ਕਿ ਡੁੱਬ ਜਾਏਗਾ, ਬਹਿ ਜਾਏਗਾ? ਨਹੀਂ, ਆਪਾਂ ਡੁੱਬਣਾ। ਹਾਲੇ ਲੋਈਆ, ਨਹੀਂ ਆਪਾਂ ਬਹਿਣਾ, ਮਾੜੀ ਜੀ ਮੁਸੀਬਤ ਆ ਗਈ, ਆਪਾਂ ਨਹੀਂ ਬਹਿਣਾ ਗਾ। ਆਪਾਂ ਨੂੰ ਉਹਨੇ ਦਲੇਰ ਬਣਾਇਆ, ਆਪਾਂ ਹੋਰ ਵੀ ਦਲੇਰੀ ਨਾਲ ਭਜਨ ਗਾਉਣੇ, ਆਪਾਂ ਉਹਦਾ ਕੰਮ ਕਰਨਾ, ਉਹਦਾ ਕੰਮ ਨੀ ਰੋਕਦੇ ਪਰਮੇਸ਼ਵਰ ਦੇ। ਹਾਲੇ ਲੋਈਆ, ਹਾਲੇ ਲੋਈਆ, ਜੇ ਐ ਨੀ ਆਪਣੇ ਚ ਕੋਈ ਕੰਮ ਨੀ ਬਣਿਆ ਮੈਂ ਤਾਂ ਹਟ ਗਿਆ, ਸਾਨੂੰ ਪਾਸਟਰ ਜੀ ਚਰਚ ਨੀ ਲੈ ਕੇ ਗਏ ਤਾਂ ਹਟ ਗਏ, ਨਹੀਂ ਉੱਥੇ ਤਾਂ ਜਾਂਦੇ ਰਹਿਣਾ ਤੁਸੀਂ ਇਕੱਲੇ ਵੀ ਜਾ ਵੜੋਗੇ। ਪਰ ਇੱਥੋਂ ਹੀ ਪਤਾ ਲੱਗਦਾ ਵੈ ਪਰਮੇਸ਼ਰ ਵੀ ਤੁਹਾਨੂੰ, ਉਹ ਸਾਨੂੰ ਵੀ ਪਰਖਦਾ, ਤੁਹਾਨੂੰ ਵੀ ਪਰਖਦਾ ਵੀ ਤੁਸੀਂ ਕੀ ਕਰਦੇ। ਹਾਲੇ ਲੋਈਆ, ਪਰਖਦਾ, ਪਰਖ ਤਾਂ ਹਰੇਕ ਚੀਜ਼ ਚ ਆਉਂਦੀ ਆਉਂਦੀ, ਪਰਖਣਾ ਪਰਮੇਸ਼ਰ ਹਰੇਕ ਨੂੰ ਪਰਖਦਾ ਵੇ। ਕੱਚਾ ਭਾਂਡਾ ਕਿ ਪੱਕਾ ਭਾਂਡਾ, ਜਿਹੜਾ ਕੱਚਾ ਹੋਊ ਖੁਰਜੂਗਾ, ਜਿਹੜਾ ਪੱਕਾ ਉਹ ਖੜਿਆ ਰਹਿੰਦਾ, ਉਹ ਜਿੰਨੀਆਂ ਮਰਜ਼ੀ ਨੇਰੀਆਂ ਆਉਣ। ਹਾਲੇ ਲੋਈਆ, ਆਪਾਂ ਡੋਲਣਾ ਨੀ, ਦੁੱਖਾਂ ਵੇਲੇ ਵੀ ਨੀ ਡੋਲਣ, ਦੁੱਖਾ ਗਿਆ ਤਾਂ ਆਪਾਂ ਬਹਿ ਕੇ ਨਹੀਂ ਜਾਣਾ, ਨਹੀਂ ਆਪਾਂ ਪਰਮੇਸ਼ਵਰ ਦੀ ਮਹਿਮਾ ਕਰਨੀ। ਜੇ ਉਹਨੇ ਸਾਨੂੰ ਕਹਿਤਾ ਕੋਈ ਨੀ ਤੁਸੀਂ ਕਰੀ ਚੱਲੋ, ਅਸੀਂ ਨੀ ਡੋਲਦੇ ਗੇ, ਉਹ ਕਹਿੰਦਾ ਤੁਸੀਂ ਕਰਨੀ ਕਰਨੀ ਆ, ਫਿਰ ਅਸੀਂ ਕਿਉਂ ਆਪਾਂ ਪਿੱਛੇ ਹਟਣਾ। ਹਾਲੇ ਲੋਈਆ, ਦੁੱਖ ਮੁਸੀਬਤਾਂ ਤਾਂ ਆਉਣੀਆਂ ਹੀ ਆਉਣੀਆਂ, ਉਹ ਵੀ ਪਰਖਦਾ ਮੈਂ ਅਜੇ ਤੇ ਮਾੜਾ ਦੁੱਖ ਭੇਜਿਆ, ਮੈਨੂੰ ਮਹਿਮਾ ਮੇਰੀ ਕਰੂਗਾ ਕਿ ਬਹਿ ਜੂ? ਨਹੀਂ ਬਹਿਣਾ ਗਾ। ਹਾਲੇ ਲੋਈਆ, ਆਪਾਂ ਇਨਸਾਨ ਨੇ ਨੀ ਆਪਾਂ ਨੂੰ ਖੜੇ ਕੀਤਾ, ਆਪਾਂ ਨੂੰ ਪਰਮੇਸ਼ਵਰ ਨੇ ਖੜਿਆ ਕੀਤਾ, ਤੁਹਾਨੂੰ ਇਨਸਾਨ ਨੇ ਨੀ ਚੁਣਿਆ, ਤੁਹਾਨੂੰ ਪਰਮੇਸ਼ਵਰ ਨੇ ਚੁਣਿਆ। ਹਾਲੇ ਲੋਈਆ, ਆਪਾਂ ਉਹਦੀ ਹਜ਼ੂਰੀ ਚ ਬਹਿਣਾ ਹੀ ਬਹਿਣਾ। ਇੱਥੋਂ ਪਤਾ ਲੱਗਦਾ ਕਿੰਨਾ ਕੁ ਪਰਮੇਸ਼ਵਰ ਨਾਲ ਪਿਆਰ ਹੈ। ਹਾਲੇ ਲੋਈਆ, ਜਾਂ ਆਪਾਂ ਇੱਕ ਪਾਸਟਰ ਨੂੰ ਮਾੜਾ ਕਹਿੰਦੇ ਹਾਂ, ਪੜ ਕੇ ਦੂਜੇ ਨੂੰ ਮਾੜਾ ਕਵਾਂਗੇ, ਫਿਰ ਤੀਜੇ ਨੂੰ ਮਾੜਾ ਕਵਾਂਗੇ। ਪਾਸਟਰ ਕੋਈ ਨਹੀਂ ਮਾੜਾ, ਮੈਂ ਜਿੱਦਣ ਦੀ ਮੇਰੀ ਚਰਚ ਖੋਲੇ ਮੈਂ ਉਦਣ ਦੀ ਕਹਿੰਦੀ ਹੈ, ਪਾਸਟਰ ਕੋਈ ਨਹੀਂ ਮਾੜਾ, ਮਾੜੇ ਆਪਾਂ ਵੇ ਜਿਹੜੇ ਆਪਾਂ ਥਾਈ ਥਾਈ ਭੜਕਦੇ ਫਿਰਦੇ ਹਾਂ। ਹਾਲੇ ਲੋਈਆ, ਜੇ ਤੁਸੀਂ ਚੌਂਕੜੀ ਮਾਰ ਕੇ ਇੱਕ ਥਾਂ ਬਹਿ ਜਾਓ, ਜਦੋਂ ਆਪਾਂ ਨੂੰ ਕੀ ਹੁੰਦਾ, ਆਪਾਂ ਕੋਈ ਫਸਲ ਬੀਜਦੇ ਆ, ਉਹ ਬੀਜੀ ਜਾਂਦੇ ਆ, ਸਾਲ ਬਾਅਦ ਕਿੰਨੇ ਸਾਲ, ਕਿੰਨੇ 6 ਮਹੀਨੇ ਬਾਅਦ ਉਹਨੂੰ ਕੱਟਦੇ ਆ। ਹਾਲੇ ਲੋਈਆ, ਆਪਾਂ ਇਹ ਤਾਂ ਨੀ ਵੀ ਦੂਜੇ ਦਿਨ ਉਹਨੂੰ ਵੱਢਣ ਤੁਰ ਜਾਂਦੇ, ਜਦੋਂ ਆਪਣਾ ਸਮਾਂ ਹੁੰਦਾ ਬਰਕਤ ਲੈਂਦਾ, ਉਦੋਂ ਆਪਾਂ ਚਰਚ ਬਦਲ ਦਿੰਦੇ ਆ, ਉਹ ਫਿਰ ਉਧਰੋਂ ਵੀ ਰਹਿ ਜਾਂਦੇ ਤੇ ਉਧਰੋਂ ਵੀ ਰਹਿ ਜਾਂਦੇ। ਹਾਲੇ ਲੋਈਆ, ਜੇ ਟੀਕਿਆਂ ਦਾ ਟੀਕੇ ਰਹੋ, ਇੱਕ ਥਾਂ ਟੀਕੇ ਰਿਹਾ ਕਰੋ, ਤੁਹਾਨੂੰ ਬਰਕਤਾਂ ਪਰਮੇਸ਼ਵਰ ਨੇ ਇੱਕ ਥਾਂ ਹੀ ਦੇ ਦੇਣੀਆਂ। ਹਾਲੇ ਲੋਈਆ, ਹਾਲਾਤ ਜਮਾ ਸਦਾ ਨੀ ਰਹਿੰਦੇ, ਹਾਲਾਤ ਬਦਲ ਜਾਂਦੇ ਆ, ਰੁੱਤਾਂ ਬਦਲ ਜਾਂਦੀਆਂ, ਹਾਲਾਤ ਬਦਲ ਜਾਂਦੇ ਆ, ਸਭ ਕੁਛ ਹੀ ਬਦਲ ਜਾਂਦਾ ਵੈ।
ਪਰਮੇਸ਼ਵਰ ਨਹੀਂ ਬਦਲਦਾ। ਹਾਲੇਲੂਇਆ ਹਾਲੇਲੂਇਆ। ਆਪਾਂ ਆਪਦਾ ਵੀ ਆਪ ਹੀ ਤਮਾਸ਼ਾ ਬਣ ਜਾਂਦੇ। ਹਾਲੇਲੂਇਆ। ਫੇਰ ਆਪਾਂ ਮੂੰਹ ਚੋਂ ਕੱਢਦੇ ਮੈਂ ਉੱਥੋਂ ਨੀ ਮੰਗਿਆ ਸੀ ਠੀਕ ਹੋਇਆ, ਮੈਂ ਉੱਥੋਂ ਨੀ ਠੀਕ ਹੋਇਆ। ਕਿਉਂ ਨੀ ਠੀਕ ਹੁੰਦੇ ਗੇ? ਠੀਕ ਹੁੰਦੇ ਟਾਈਮ ਹੁੰਦਾ, ਕੋਈ ਆਪਣੇ ਚ ਗਲਤੀਆਂ, ਆਪਾਂ ਹੀ ਮਾੜੇ ਹੈ, ਕੋਈ ਪਾਸਟਰ ਨਹੀਂ ਮਾੜਾ ਗਾ। ਹਾਲੇਲੂਇਆ। ਕੰਮ ਹੁੰਦੇ ਆ ਚਰਚਾਂ ਚ, ਕੰਮ ਹੁੰਦੇ ਆ ਹਰ ਥਾਂ ਹੀ ਹੁੰਦੇ ਆ। ਹੁੰਦੇ ਕਿਹਦੇ? ਜਿਹਨੂੰ ਵਿਸ਼ਵਾਸ ਹੁੰਦਾ, ਜਿਹੜਾ ਗੋਡਿਆਂ ਤੇ ਆ ਕੇ ਬਹਿ ਗਿਆ। ਜੇ ਆਪਾਂ ਕਹੀਏ ਪਰਮੇਸ਼ਵਰ ਅੱਜ ਮੈਂ ਬਿਮਾਰ ਸੀ, ਮੈਂ ਤਾਂ ਆਇਆ, ਤੇਰੇ ਕੋਲ ਚੰਗਾ ਕਰਕੇ ਦਿਖਾ। ਪਰਮੇਸ਼ਵਰ ਨੂੰ ਕਿਹਾ ਕਰੋ, ਪਰਮੇਸ਼ਵਰ ਮੈਂ ਤੇਰੇ ਲਈ ਆਇਆ, ਮੇਰੇ ਕੰਮ ਹੋਣ ਚਾਹੇ ਨਾ ਹੋਣ, ਕੰਮ ਤਾਂ ਆਪਣੀ ਜ਼ਿੰਦਗੀ ਚ ਹੋਣਗੇ ਹੀ, ਹੋਣੇ ਕਿਉਂ ਨੀ, ਸਭ ਦੇ ਹੀ ਹੋਣੇ। ਹਾਲੇਲੂਇਆ। ਜੇ ਆਪਾਂ ਉਹਦੇ ਸਾਹਮਣੇ ਬਹਿ ਜਾਈਏ ਆ ਕੇ, ਉਹ ਵੀ ਆਪਾਂ ਨੂੰ ਵੇਖਦਾ ਵਾਕਈ ਇਹ ਪੱਕਾ ਹੈਗਾ ਵੈ, ਇਹਦੇ ਅੰਦਰੋਂ ਕੋਈ ਕੋਹੜ ਤਾਂ ਨੀ ਹਜੇ ਵੀ। ਜਦੋਂ ਆਪਣੇ ਅੰਦਰੋਂ ਸਾਰੀ ਬਰਿਆਈ ਨਿਕਲ ਗਈ, ਕੋਹੜ ਨਿਕਲ ਗਿਆ, ਉਦੋਂ ਪਰਮੇਸ਼ਰ ਸੱਚਮੁੱਚ ਆਪਾਂ ਨੂੰ ਚਾਹੁੰਦਾ ਵੈ, ਆਪਣੇ ਤੇ ਕਰਦਾ ਦਿਆ। ਹਾਲੇਲੂਇਆ। ਆਪਾਂ ਨੀ ਉਹਨੂੰ ਪਰਖਣਾ ਪਰਮੇਸ਼ਰ ਕੋ, ਜੇ ਪਰਮੇਸ਼ਰ ਆਪਾਂ ਨੂੰ ਪਰਖਦਾ ਇੱਕ ਇਹੋ ਜੇ ਹੈ। ਹਾਲੇਲੂਇਆ। ਪਰ ਆਪਾਂ ਜਦੋਂ ਆਪਾਂ ਨੂੰ ਪਰਮੇਸ਼ਰ ਇਮਤਿਹਾਨ ਹੁੰਦੇ, ਇਹ ਆਪਣੇ ਇਮਤਿਹਾਨ ਦਿਨ ਚੱਲਦੇ, ਆਪਾਂ ਪਾਸ ਹੋਵਾਂਗੇ, ਮੈਨੂੰ ਯਕੀਨ ਆਪਾਂ ਪਾਸ ਹੋਵਾਂਗੇ। ਹਾਲੇਲੂਇਆ। ਇਮਤਿਹਾਨ ਹਰੇਕ ਦੇ ਹੁੰਦੇ, ਜੇ ਬੱਚੇ ਤੇ ਇਮਤਿਹਾਨ ਨੀ ਹੋਏ ਤਾਂ ਪਾਸ ਨੀ ਹੁੰਦਾ, ਗਾਂ ਵਾਲੀ ਕਲਾਸ ਚ ਨਹੀਂ ਜਾਂਦਾ। ਇਹ ਆਪਣੇ ਇਮਤਿਹਾਨ ਚੱਲਦੇ, ਇਹਦੇ ਚ ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ, ਆਪਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਆਪਾਂ ਇਕੱਠੇ ਹੋ ਕੇ ਪਤਾ ਲੱਗੇ। ਇੱਕ ਡੱਕਾ ਟੁੱਟ ਜਾਂਦਾ ਜਦੋਂ ਇਕੱਠੇ ਤਿੰਨ ਸੋਟੀਆਂ ਹੁੰਦੀਆਂ ਨਹੀਂ ਟੁੱਟਦੀਆਂ। ਇਸ ਤਰ੍ਹਾਂ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ, ਇੱਕ ਜੁੱਟ ਹੋਣਾ ਚਾਹੀਦਾ, ਤਾਂ ਤੁਸੀਂ ਸਾਰੇ ਖਿਲਰੀ ਜਾਂਦੇ। ਹਾਲੇਲੂਇਆ। ਹਾਲੇਲੂਇਆ।